ਤੁਹਾਨੂੰ ਦਿਖਾ ਰਹੇ ਹਾਂ ਆਮ ਆਦਮੀ ਪਾਰਟੀ ਦੇ ਜਿਹੜਾ ਦਫ਼ਤਰ ਲੁਧਿਆਣਾ ਵਿਖੇ ਅਸੀਂ ਪਹੁੰਚੇ ਹੋਏ ਹਾਂ ਵੇਖ ਸਕਦੇ ਹੋ ਕਿਉਂਕਿ ਲੁਧਿਆਣਾ 14 ਸੀਟਾਂ ਨੇ ਤਾਂ 14 ਸੀਟਾਂ ਤੇ ਲੀਡ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਕਰ ਰਹੀ ਹੈ 13 ਸੀਟਾਂ ਆਮ ਆਦਮੀ ਪਾਰਟੀ ਦੀਆਂ ਨੇ ਕਿਸ ਤਰੀਕੇ ਨਾਲ ਮਹਿਸੂਸ ਹੁੰਦਾ 14 ਸੀਟਾਂ 13 ਸੀਟਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਦੀਆਂ ਲੁਧਿਆਣਾ ਜਿਸ ਤਰ੍ਹਾਂ ਦੀ ਅਸੀਂ ਮਿਹਨਤ ਕੀਤੀ ਹੈ 14 ਦੀਆਂ 14 ਸੀਟਾਂ ਹੀ ਜਿੱਤ ਕੇ ਜਾਵਾਂਗੇ ਇੱਥੋਂ ਲੁਧਿਆਣੇ ਦਾ ਪੂਰਾ ਸਫਾਇਆ ਹੋਊਗਾ ਪੂਰੇ ਕਲੀਨ ਸਵੀਪ ਹੋਊਗੀ ਇੱਕ ਤਰ੍ਹਾਂ ਨਾਲ ਜੋ ਤਨੰਤਰ ਕਹਿੰਦੇ ਸੀਗੇ ਅਸੀਂ ਪੈਸੇ ਦੇ ਦਮ ਤੇ ਇਲੈਕਸ਼ਨ ਜਿੱਤਾਂਗੇ ਤਲਵਾੜ ਵਰਗੇ ਜਾਂ ਆਸ਼ੂ ਵਰਗੇ ਉਹਨਾਂ ਨੂੰ ਅੱਜ ਲੋਕਾਂ ਨੇ ਮੂੰਹ ਦੀ ਹਾਰ ਦਿੱਤੀ ਆ ਬਹੁਤ ਵੱਡੀ ਹਾਰ ਦਿੱਤੀ ਆ ਤੀਜੇ ਨੰਬਰ ਤੇ ਉਹ ਆਪਣੇ ਹਲਕੇ ਦੇ ਵਿੱਚ ਚੱਲ ਰਹੇ ਨੇ ਜੋ ਦਾਵਾ ਕਰਦੇ ਸੀ ਕਿ ਆਤਮਨਗਰ ਸਾਡਾ ਹੀ ਆ ਸਿਰਫ ਜੋ ਹੰਕਾਰ ਕਰਦੇ ਸੀਗੇ ਉਹਨਾਂ ਨੂੰ ਵੀ ਆਤਮਨਗਰ ਤੋਂ ਲੋਕਾਂ ਨੇ ਬੁਰੀ ਤਰ੍ਹਾਂ ਹਾਰ ਦਿਖਾ ਰਹੇ ਨੇ ਯਾਨੀ ਕਿ ਝਾੜੂ ਪੂਰਾ ਲੱਗ ਚੁੱਕਾ ਹੈ ਝਾੜੂ ਲੱਗੇ ਵਾਲੀ ਸਪੀਡ ਹੋ ਜਾ ਪੋਚਾ ਵੀ ਲੱਗ ਗਿਆ ਕਿੰਨੇ ਲੱਗਿਆ ਵਾ ਪੂਰੇ ਪੰਜਾਬ ਵਿੱਚ ਮੈਡਮ ਜੀ ਝਾੜੂ ਹੁੰਜਾ ਫੇਰ ਜਿੱਤ ਹੋਈ ਆ ਦਿੱਲੀ ਤੋਂ ਬਾਅਦ ਪੰਜਾਬ ਹੀ ਐਸੀ ਸਟੇਟ ਸੀ ਜਿਹਦੇ ਵਿੱਚ ਜਨਤਾ ਨੇ ਇੱਕ ਮੈਂਡਰ ਐਸਾ ਦਿੱਤਾ ਜਿਹੜੇ ਪੁਰਾਣੇ 20 ਸਾਲਾਂ ਤੋਂ ਲਗਾਤਾਰ ਰਾਜ ਕਰ ਰਹੇ ਸੀ ਲੋਕਾਂ ਨੂੰ ਗੁਲਾਮੀ ਵਿੱਚ ਰੱਖ ਰਹੇ ਸੀ ਨਸ਼ਿਆਂ ਦੇ ਸਾਰਿਆਂ ਦੇ ਸਾਰਿਆਂ ਨੂੰ ਸਾਫ਼ ਕਰਤਾ ਹੁਣ ਕੋਈ ਨਹੀਂ ਬਚਿਆ ਹੁਣ ਇਹ ਬੰਦੇ ਵਿਹਲੇ ਹੋ ਕੇ ਘਰਾਂ 'ਚ ਬਹਿਣਗੇ ਆਮ ਆਦਮੀ ਪਾਰਟੀ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਉਤਰੇਗੀ ਜੋ ਉਹਨਾਂ ਨੇ ਵਾਅਦੇ ਕੀਤੇ ਸਾਡੇ ਪੂਰੇ ਕਰ ਜਿੰਦਾਬਾਦ ਵੱਧ ਤੋਂ ਵੱਧ ਦੇਖਿਆ ਜਾਵੇ ਤਾਂ 28,000 ਵੋਟਾਂ ਦਾ ਮਾਰਜਨ ਜਿਹੜਾ ਉਹ ਵੀ ਦਿਖਾਈ ਦੇ ਰਿਹਾ ਹੈ ਬਿਲਕੁਲ ਬਿਲਕੁਲ ਮੈਡਮ ਲੋਕ ਸਮਝ ਚੁੱਕੇ ਹੈ ਇਹ ਪੰਜਾਬ ਨੇ ਇੱਕ ਨਵੇਂ ਰਾਜਨੀਤਿਕ ਬਦਲ ਦੀ ਸ਼ੁਰੂਆਤ ਕੀਤੀ ਹੈ ਜਿਹਨੂੰ ਹੁਣ ਪੂਰਾ ਦੇਸ਼ ਦੇਖੂਗਾ ਲੋਕ ਅੱਕ ਚੁੱਕੇ ਸੀ ਲੋਕਾਂ ਨੇ ਦੇਖਿਆ ਸੀ 70 ਸਾਲਾਂ ਤੋਂ ਬੰਦੇ ਬਦਲ ਕੇ ਆਉਂਦੇ ਸੀ ਪਰ ਨਾ ਸਿਸਟਮ ਦਾ ਕੋਈ ਬਦਲ ਨਹੀਂ ਹੁੰਦਾ ਸੀ ਲੋਕਾਂ ਦੀ ਉਦਾਂ ਹੀ ਲੁੱਟ ਖਸੁੱਟ ਹੋ ਰਹੀ ਸੀ ਸੋ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਆਪਣੀ ਪਾਰਟੀ ਸਮਝਿਆ ਅਤੇ ਬਹੁਤ ਹੀ ਵੱਡੀ ਲੀਡ ਦੇ ਨਾਲ ਪੰਜਾਬ ਦੇ ਸਰਕਾਰ ਬਣਾ ਰਹੀ ਆਮ ਆਦਮੀ ਪਾਰਟੀ ਜਿਹਨੂੰ ਹੁਣ ਪੂਰਾ ਦੇਸ਼ ਖੜ ਕੇ ਦੇਖੂਗਾ ਪਰ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਬਦਲਾਅ ਲੈ ਕੇ ਆਏਗੀ ਜਿਹੜੇ ਸਾਡੇ ਦੇਸ਼ ਵਾਸੀਆਂ ਨੇ ਕਦੇ ਸੋਚੇ ਨਹੀਂ ਹੋਣਗੇ ਅਸੀਂ ਵੀ ਉਹਨਾਂ ਦੇਸ਼ਾਂ ਦੀ ਬਰਾਬਰੀ ਕਰਾਂਗੇ ਜਿਨ੍ਹਾਂ ਦੇ ਲਈ ਸਾਡੇ ਬੱਚੇ ਇੱਥੋਂ ਬਾਹਰ ਜਾ ਰਹੇ ਸੀ ਬਿਲਕੁਲ ਤੁਸੀਂ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਪਾਰਕਿੰਗ ਲੋਟ ਦੇ ਵਿੱਚ ਵੀ ਨੱਚਦੇ ਹੋਏ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਮੈਂਬਰ ਨੇ ਤਸਵੀਰਾਂ ਹੋਰ ਦਿਖਾ ਰਹੇ ਹਾਂ ਕਿ ਹੋਲੀ ਜਿਹੜੀ ਹੈ ਉਹ ਅੱਜ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਮਨਾਈ ਜਾ ਰਹੀ ਹੈ ਢੋਲ ਦੇ ਨਾਲ ਰੰਗ ਲਗਾ ਕੇ ਇੱਕ ਦੂਜੇ ਨੂੰ ਜੱਫੀਆਂ ਪਾਈਆਂ ਜਾ ਰਹੀਆਂ ਵੇਖ ਸਕਦੇ ਹੋ ਤੁਸੀਂ ਕਿ ਲੋਕਾਂ ਦੇ ਚਿਹਰੇ ਦੇ ਉੱਤੇ ਕਿਸ ਤਰੀਕੇ ਦੀ ਮੁਸਕਾਨ ਉਹ ਤੁਹਾਨੂੰ ਦਿਖਾਈ ਦੇ ਰਹੀ ਹੈ ਕਿਸ ਤਰੀਕੇ ਦਾ ਲੱਗ ਰਿਹਾ ਕਿ 14 ਵਿੱਚੋਂ 13 ਸੀਟਾਂ ਲੁਧਿਆਣੇ ਵਿੱਚ ਆਮ ਆਦਮੀ ਪਾਰਟੀ ਲੀਡ ਕਰ ਰਹੀ ਹੈ ਹਾਂਜੀ ਜੀ ਇਹ ਆਮ ਆਦਮੀ ਪਾਰਟੀ ਜਨਤਾ ਹੀ ਲੀਡ ਕਰ ਰਹੀ ਹੈ ਜੀ ਪਾਰਟੀ ਨਹੀਂ ਜਨਤਾ ਨੇ ਵੋਟਾਂ ਪਾਈਆਂ ਨੇ ਜਨਤਾ ਦੇ ਹੀ ਕੰਮ ਹੋਣੇ ਆ ਜੀ ਇਹ ਗਰੀਬ ਬੱਚਿਆਂ ਦੀ ਪੜ੍ਹਾਈ ਮੁਫਤ ਹੋਣੀ ਹੈ ਜੀ ਇਲਾਜ ਮੁਫਤ ਹੋਣਾ ਹੈ ਅੱਜ ਜਨਤਾ ਹਰ ਘਰ 'ਚ ਬੈਠਾ ਵਰਕਰ ਖੁਸ਼ੀ ਮਨਾਵੇ ਜੀ ਲੱਡੂ ਵੰਡੇ ਘਰ ਦੇ ਬਾਹਰ ਕੀ ਅੱਜ ਪਾਰਟੀ ਆਮ ਆਦਮੀ ਪਾਰਟੀ ਆਮ ਬੰਦੇ ਨੇ ਵੋਟਾਂ ਪਾਈਆਂ ਆਮ ਪਾਰਟੀ ਨੂੰ ਵੋਟਾਂ ਪਾਈਆਂ ਨੇ ਆਮ ਆਦਮੀ ਦੇ ਹੀ ਕੰਮ ਹੋਣੇ ਨੇ ਅੱਜ ਘਰ ਬੈਠਾ ਟੀਵੀ ਦੇਖਦਾ ਹਰ ਵਰਕਰ ਭੰਗੜੇ ਪਾਵੇ ਜੀ ਲੱਡੂ ਵੰਡੇ ਅੱਜ ਕੋਈ ਪਾਰਟੀ ਰਾਜੇ ਵੀ ਹਾਰੇ ਅਤੇ ਹੰਕਾਰੇ ਵੀ ਹਾਰੇ ਜੀ ਅੱਜ ਹਰ ਆਮ ਆਦਮੀ ਪਾਰਟੀ ਬੰਦੇ ਦੀ ਸੁਣੀ ਗਈ ਹੈ ਜੀ ਘਰ ਬੈਠੇ ਆ ਭੰਗੜੇ ਪਾਓ ਅਤੇ ਮਹਾਰਾਜ ਅੱਗੇ ਅਰਦਾਸ ਕਰੋ ਮਹਾਰਾਜ ਸੱਚੇ ਪਾਤਸ਼ਾਹ ਇੱਦਾਂ ਹੀ ਚੜ੍ਹਦੀ ਕਲਾ ਰੱਖੇ ਜੀ ਹੋਲੀ ਵੀ ਦੇਖ ਸਕਦੇ ਹੋ ਮਨਾਉਂਦੇ ਹੋਏ ਕਿਸ ਤਰੀਕੇ ਦੇ ਨਾਲ ਗੁਲਾਲ ਜਿਹੜੇ ਆ ਉਹ ਵੀ ਲਗਾਇਆ ਜਾ ਰਿਹਾ ਹੈ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਵੈ ਹਾਲਾਂਕਿ ਕੁਝ ਦਿਨ ਰਹਿੰਦਾ ਕੁਝ ਸਮਾਂ ਰਹਿੰਦਾ ਹੋਲੀ ਦੇ ਤਿਉਹਾਰ ਨੂੰ ਪਰ ਵੇਖ ਸਕਦੇ ਹੋ ਉਤਸ਼ਾਹ ਕਿਸ ਤਰੀਕੇ ਦੇ ਨਾਲ ਵੱਡੇ ਲੀਡਰਸ਼ਿਪ ਦਾ ਵੀ ਹੈ ਅੱਜ ਹੋਲੀ ਮਨਾਈ ਜਾ ਰਹੀ ਹੈ ਹਾਲਾਂਕਿ ਹੋਲੀ ਕੁਝ ਸਮੇਂ ਬਾਅਦ ਹੈ ਅੱਜ ਜਿੱਤ ਦੀ ਹੋਲੀ ਆਮ ਆਦਮੀ ਪਾਰਟੀ ਜਿਹਨੂੰ ਕਿ ਪੰਜਾਬ ਦੀ ਜਨਤਾ ਨੇ ਭਰਪੂਰ ਪਿਆਰ ਤੇ ਸਮਰਥਨ ਦੇ ਕੇ 100 ਸੀਟਾਂ ਦੇ ਲਗਭਗ ਆਮ ਆਦਮੀ ਪਾਰਟੀ ਜਿੱਤ ਕੇ ਸਰਕਾਰ ਬਣਾਉਣ ਜਾ ਰਹੀ ਹੈ ਅੱਜ ਹੋਲੀ 17-18 ਤਰੀਕ ਦੀ ਹੈ ਜਦਕਿ ਹੋਲੀ ਦਾ ਤਿਉਹਾਰ ਮਥੁਰਾ ਵਰਿੰਦਾਵਨ ਦੇ ਵਿੱਚ ਇੱਕ ਹਫ਼ਤਾ ਪਹਿਲਾਂ ਸ਼ੁਰੂ ਹੋ ਜਾਂਦਾ ਇਸ ਕਰਕੇ ਅੱਜ ਆਮ ਆਦਮੀ ਪਾਰਟੀ ਦੀ ਜਿੱਤ ਅਤੇ ਹੋਲੀ ਦੀ ਖੁਸ਼ੀ ਮਨਾਈ ਜਾ ਰਹੀ ਹੈ ਅਤੇ ਪੰਜਾਬ ਵਾਸੀਆਂ ਦਾ ਅਤੇ ਵਲੰਟੀਅਰਾਂ ਦਾ ਮੀਡੀਆ ਦਾ ਸੋਸ਼ਲ ਮੀਡੀਆ ਦਾ ਆਮ ਆਦਮੀ ਪਾਰਟੀ ਵੱਲੋਂ ਅਰਵਿੰਦ ਕੇਜਰੀਵਾਲ ਜੀ ਵੱਲੋਂ ਭਗਵੰਤ ਮਾਨ ਜੀ ਵੱਲੋਂ ਧੰਨਵਾਦ ਕਰਦੇ ਹਾਂ ਕਲੀਨ ਸ਼ੇਪ ਹੋ ਗਿਆ ਸਾਡੇ ਆਮ ਆਦਮੀ ਪਾਰਟੀ ਦੇ ਲਗਭਗ ਸਾਰੇ ਹੀ ਉਮੀਦਵਾਰ ਲੀਡ ਕਰ ਗਏ ਇੱਕ ਹੁਣ ਇੱਕ ਵੀ ਉਮੀਦਵਾਰ ਐਸਾ ਨਹੀਂ ਕਾਂਗਰਸ ਦਾ ਜੋ ਤੀਜੇ ਨੰਬਰ ਤੇ ਨੇ ਸਾਰੇ ਕਲੀਨ ਸ਼ੇਪ ਹੋ ਗਏ ਕਾਂਗਰਸ ਕਲੀਨ ਸ਼ੇਪ ਦਿੱਲੀ ਵਾਂਗੂ ਜ਼ੀਰੋ ਬਿਲਕੁਲ ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਹੈ ਤਾਂ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਕਿ ਨੱਚਦੇ ਹੋਏ ਲੋਕ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਹੈ ਉਹ ਦਿਖਾਈ ਦੇ ਰਹੇ ਹੈ ਢੋਲ ਨਗਾੜੇ ਜਿਹੜੇ ਉਹ ਵਜਾਏ ਜਾ ਰਹੇ ਹੈ ਉਤਸ਼ਾਹ ਬਹੁਤ ਹੀ ਜ਼ਿਆਦਾ ਹੈ ਪੈਸੇ ਮਾਰੇ ਜਾ ਰਹੇ ਹੈ ਖੁਸ਼ੀ ਜਿਹੜੀ ਉਹ ਮਨਾਈ ਜਾ ਰਹੀ ਹੈ ਕਿਉਂਕਿ 14 ਸੀਟਾਂ ਜੇਕਰ ਲੁਧਿਆਣੇ ਦੀ ਗੱਲ ਕਰੀਏ ਤਾਂ 14 ਸੀਟਾਂ ਨੇ ਉਹਨਾਂ 14 ਸੀਟਾਂ ਦੇ ਵਿੱਚੋਂ 13 ਸੀਟ ਦੇ ਉੱਤੇ ਲੀਡ ਦੇ ਉੱਤੇ ਆਮ ਆਦਮੀ ਪਾਰਟੀ ਚੱਲਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਇੱਕ ਸੀਟ ਜੋ ਕਿ ਮੁੱਲਾਪੁਰ ਦਾਖਾ ਦੀ ਹੈ ਉਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ
ਲੀਡ ਦੇ ਵਿੱਚ ਜਾਂਦੇ ਹੋਏ ਦਿਖਾਈ ਦੇ ਰਹੇ ਹਨ। ਇਹਨਾਂ ਦੀ ਹਾਜ਼ਰੀ ਜਿਸ ਅਸੀਂ ਕਲੀਨ ਸੇਵ ਕੀਤਾ ਨਾਲੇ ਬੜੀ ਦੇਖ ਸਕਦੇ ਹੋ ਕਿ ਉਤਸ਼ਾਹ ਕਿਸ ਤਰੀਕੇ ਦੇ ਨਾਲ ਲੋਕਾਂ ਵੱਲੋਂ ਮਨਾਇਆ ਜਾ ਰਿਹਾ ਹੈ। ਹਾਲਾਂਕਿ ਹਜੇ ਪਾਰਟੀ ਹਜੇ ਪੂਰੇ ਨਤੀਜੇ ਆਣੇ ਬਾਕੀ ਨੇ, ਪਰ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਬਹੁਮਤ ਦੇ ਵਿੱਚ ਹੈ ਅਤੇ ਲੋਕਾਂ ਦੀ ਰੁਚੀ ਦੇ ਵਿੱਚ, ਉਸ ਤਰੀਕੇ ਦੇ ਨਾਲ ਵੱਖੋ ਵੱਖ ਜਗ੍ਹਾਵਾਂ ਦੇ ਉੱਤੇ ਸੈਲੀਬ੍ਰੇਸ਼ਨ ਦਾ ਮਾਹੌਲ ਬਣ ਚੁੱਕਾ ਹੋਇਆ ਅਤੇ ਲੋਕ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਨੇ ਵੱਖੋ ਵੱਖ ਜਗ੍ਹਾਵਾਂ 'ਤੇ ਹੈੱਡ ਆਫਿਸ ਆ ਕੇ ਖੁਸ਼ੀਆਂ ਮਨਾ ਰਹੇ ਨੇ। ਤੁਹਾਨੂੰ ਤਸਵੀਰਾਂ ਅਸੀਂ ਦਿਖਾ ਚੁੱਕੇ ਹਾਂ, ਇਹ ਲੁਧਿਆਣਾ ਦੇ ਡਿਸਟ੍ਰਿਕਟ ਆਫਿਸ ਦੀਆਂ ਨੇ, ਆਮ ਆਦਮੀ ਪਾਰਟੀ ਆਫਿਸ ਦੀਆਂ, ਜਿੱਥੇ ਵੱਖੋ ਵੱਖ ਵਰਕਰ ਜਿਹੜੇ ਨੇ ਉਹ ਅੱਜ ਇਕੱਠੇ ਹੋਏ ਨੇ ਤਾਂ ਕਿ ਆਮ ਆਦਮੀ ਪਾਰਟੀ ਜਿਹੜੀ ਲੀਡ 'ਚ ਜਾ ਰਹੀ ਹੈ ਉਸ ਦੇ ਉਤਸ਼ਾਹ ਦੇ ਵਿੱਚ ਅੱਜ ਸੈਲੀਬ੍ਰੇਸ਼ਨ ਹੋ ਸਕੇ। ਕੈਮਰਾਮੈਨ ਰਜੇਸ਼ ਨਾਲ ਮੈਂ ਸ਼ਿਫਾਲੀ ਦੈਨਿਕ ਸਵੇਰਾ ਟੀਵੀ ਲੁਧਿਆਣਾ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ 'ਚ ਅਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।